ସାତ ସାତ ଶହ ସାତ 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 ਜੀ ਵੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਵਧੀਆ ਹੋਵੋਗੇ ਤੇ ਅੱਜ ਫੇਰ ਇੱਕ ਤੁਹਾਡੇ ਵਾਸਤੇ ਇੱਕ ਨਵੀਂ ਚੀਜ਼ ਤੇ ਨਵੀਂ ਸੋਚ ਵੀ ਕਹਿ ਸਕਦੇ ਆ ਕਿ ਅੱਜ ਕੱਲ ਜਿੱਦਾਂ ਕਿ ਸਾਰੇ ਬੰਦੇ ਬਾਹਰ ਭੱਜ ਰਹੇ ਨੇ ਤੇ ਸਰ ਹੁਣੇ ਬਾਹਰੋਂ ਆਣ ਕੇ ਇੱਥੇ ਇੱਕ ਸੈਟਅਪ ਲਾਇਆ ਬੜਾ ਹੀ ਸੋਹਣਾ ਥੀ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਕਿ ਅੱਜ ਵਾਲਾ ਵਲੌਗ ਹੈ ਬੜਾ ਇੰਟਰਸਟਿੰਗ ਹੈ ਕਿਉਂਕਿ ਤੁਹਾਡੀ ਸਾਰੇ ਦੀ ਮੰਗ ਰਹਿੰਦੀ ਆ ਪ੍ਰੀ ਵਿਡਿੰਗ ਸ਼ੂਟ ਹੋਗੇ ਗਾਣਿਆਂ ਦੇ ਸ਼ੂਟ ਹੋਗੇ ਕਿਸੇ ਫਿਲਮ ਵੀ ਕਿਸੇ ਨੇ ਸ਼ੂਟ ਕਰਨੀ ਹੈ ਤਾਂ ਉਹਦੇ ਮਤਲਬ ਸਾਰੇ ਚੀਜ਼ਾਂ ਲਈ ਇਹ ਚੀਜ਼ਾ ਓਪਨ ਹੈ ਇਹ ਵੈਸੇ ਇੱਕ ਪ੍ਰੋਪਰ ਸੈਟਅਪ ਲਾਇਆ ਹੋਇਆ ਜਿਹ ਪੇ ਕਰਕੇ ਤੁਹਾਨੂੰ ਇਹ ਸਾਰਾ ਸੈਟਅਪ ਮਿਲ ਜਾਂਦਾ ਰੈਂਟ ਦੇ ਉੱਤੇ ਜਿੱਥੇ ਕਿ ਤੁਸੀਂ ਆਪਣੇ ਸ਼ੂਟ ਕਰ ਸਕਦੇ ਹੋ ਸਾਰਾ ਕੁਝ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਸਰਨਾ ਮਲਾਉਣਾ ਹੈ ਪਹਿਲਾਂ ਸਰ ਕੀ ਹਾਲ ਚਾਲ ਹੈ ਬਸ ਠੀਕ ਹੈ ਜੀ ਵੈਲਕਮ ਤੁਹਾਡਾ ਹਾਂਜੀ ਥੈਂਕ ਯੂ ਸੋ ਮਚ ਥੈਂਕ ਅੱਗੇ ਵੈਸੇ ਹੀ ਸਰ ਦਾ ਪਾਇਆ ਹੋਇਆ ਇੱਕ ਵਲੌਗ ਪਹਿਲਾਂ ਜਿਹੜਾ ਕਿ ਲਾਕਡਾਊਨ ਤੋਂ ਪਹਿਲਾਂ ਦਾ ਸੀ ਆਪਾਂ ਬਣਾਇਆ ਸੀ ਉਹ ਆਪਾਂ ਚੱਲਦਾ ਪਿਆ ਸੀ ਕੰਮ ਚੱਲਦਾ ਸੀ ਕੰਮ ਚੱਲਦਾ ਪਿਆ ਸੀ ਸਰ ਮੇਰੇ ਵਿਊਅਰਸ ਨੂੰ ਮੈਂ ਚਾਹੁੰਦਾ ਹਾਂ ਕਿ ਤੁਸੀਂ ਪਹਿਲਾਂ ਆਪਣੇ ਬਾਰੇ ਥੋੜਾ ਇੰਟਰੋਡਿਊਸ ਕਰ ਦਿਓ ਜਿਵੇਂ ਕਿ ਮੈਂ ਦੱਸਿਆ ਪਹਿਲਾਂ ਕਿ ਬਾਈ ਹੁਣੀ ਕੈਨੇਡਾ ਤੋਂ ਇੱ ਸ਼ੁਰੂ ਕੀਤਾ ਸਰ ਇਹ ਤੁਸੀਂ ਕੀ ਐਕਚੁਅਲੀ ਸਾਡਾ ਕਨਸੈਪਟ ਕੀ ਸੀ ਇਹ ਕੀ ਕਰਨਾ ਇਹ ਆਪਣਾ ਕਨਸੈਪਟ ਹੈ ਜੀ ਪ੍ਰੀ ਵਿਡਿੰਗ ਸ਼ੂਟ ਲਈ ਆਪਾਂ ਲੋਕੇਸ਼ਨ ਤਿਆਰ ਕੀਤੀ ਆ ਗਾਣਾ ਸ਼ੂਟ ਕਰਨਾ ਹੋਵੇ ਕਿਸੇ ਨੇ ਪ੍ਰੀ ਵਿਡਿੰਗ ਸ਼ੂਟ ਹੋਵੇ ਉਹਦੇ ਲਈ ਆਪਾਂ ਲੋਕੇਸ਼ਨ ਰੈਡੀ ਕੀਤੀ ਆ ਤੇ ਇਹਦੇ ਚ ਆਪਣਾ ਹੈਗਾ ਬਸ ਤੁਸੀਂ ਕਹੋ ਬਈ ਸਾਰਾ ਕੁਝ ਕੁਝ ਕੁ ਤਾਂ ਆਪਣਾ ਰੈਡੀ ਸੀਗਾ ਆਲਰੇਡੀ ਤੇ ਜਿਹੜਾ ਥੋੜਾ ਮੋਟਾ ਚੇਂਜਸ ਸੀਗੇ ਉਹ ਆਪਾਂ ਕਰ ਲੇ ਜੋ ਤੁਸੀਂ ਪਿਛਲੀ ਵਾਰ ਆਏ ਸੀ ਉਹ ਤਾਂ ਆਪਣਾ ਰਹਿੰਦਾ ਸੀ ਕੰਮ ਹੁਣ ਆਪਣਾ ਤਕਰੀਬਨ ਤਿਆਰ ਆ ਹਾਂਜੀ ਠੀਕ ਹੈ ਮਲੇਸੋਨੋ ਸਟ੍ਰੈਟੀ ਟੂ ਗੋਆ ਸਾਰਾ ਹੀ ਹੋ ਗਿਆ ਠੀਕ ਹੈ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਵੀ ਕਿੱਦਾਂ ਕਿੱਦਾਂ ਦੇ ਸੈੱਟ ਲੱਗੇ ਹੋਏ ਆ ਤੁਸੀਂ ਕਿੱਦਾਂ ਕਿੱਦਾਂ ਦੀ ਲੋਕੇਸ਼ਨ ਇੱਥੇ ਯੂਜ਼ ਕਰ ਸਕਦੇ ਹੋ ਫੋਟੋਜ਼ ਲਈ ਲਾਈਕ ਵੀਡੀਓਜ਼ ਲਈ ਇੱਥੇ ਤੁਸੀਂ ਕੁਝ ਵੀ ਲਾਈਕ ਆਪਣਾ ਇਹ ਫ੍ਰੀ ਡਰੋਨ ਜ਼ੋਨ ਹੈ ਤੁਸੀਂ ਇੱਥੇ ਆਪਣੇ ਡਰੋਨਸ ਵੀ ਉਡਾ ਸਕਦੇ ਹੋ ਦੇ ਆਲੇ ਦੁਆਲੇ ਮਤਲਬ ਕੋਈ ਉਹ ਜਾ ਇਸ਼ੂ ਨਹੀਂ ਹੈਗਾ ਤੇ ਫਾਰਮ ਤੇ ਬਣਿਆ ਹੈ ਪ੍ਰੋਪਰ ਤੁਸੀਂ ਇੱਥੇ ਲਾਈਕ ਪ੍ਰੋਪਰ ਪਿੰਡ ਵਾਲੀ ਫੀਲ ਲੈ ਸਕਦੇ ਹੋ ਕਿਉਂਕਿ ਆਲੇ ਦੁਆਲੇ ਖੇਤ ਜਿਹੜੇ ਨੇ ਉਹ ਵੀ ਇੱਥੇ ਹੈਗੇ ਨੇ ਸਾਰਾ ਤੁਹਾਨੂੰ ਇੱਥੇ ਸ਼ੂਟਿੰਗ ਦਾ ਸਾਰਾ ਇੱਕ ਜਗ੍ਹਾ ਦੇ ਵਿੱਚ ਹੀ ਸਾਲ ਸੀ ਤੁਹਾਨੂੰ ਦਿਖਾਉਣਾ ਹੈ ਇੱਥੇ ਕੀ ਕੀ ਬਣਿਆ ਹੋਇਆ ਕਿਵੇਂ-ਕਿਵੇਂ ਹੈਗਾ ਮੇਨ ਗੱਲ ਦੱਸ ਦਿਆਂ ਕਿ ਇੱਥੇ ਸਰ ਨੇ ਇੱਕ ਪੁਰਾਣਾ ਘਰ ਬਣਾਇਆ ਹੈ ਜਿਹੜਾ ਕਿ ਬਹੁਤ ਹੀ ਸੋਹਣਾ ਹੈ ਉਹਦੇ ਵਿੱਚ ਸਾਡੇ ਯੂਨੀਕ ਸਮਾਨ ਪੁਰਾਣਾ ਵੀ ਰੱਖਿਆ ਹੈ ਜਿਹੜਾ ਕਿ ਤੁਸੀਂ ਪੁਰਾਣੇ ਕਲਚਰ ਨੂੰ ਕਈ ਲੋਕ ਪਸੰਦ ਕਰਦੇ ਆ ਸ਼ੂਟ ਵਾਸਤੇ ਉਹ ਵੀ ਹੈ ਤੇ ਤੁਹਾਡਾ ਟਾਈਮ ਵੇਸਟ ਨਾ ਕਰਦੇ ਆ ਆਜੋ ਆਪਾਂ ਕਰਦੇ ਆ ਸ਼ੁਰੂ ਦੱਸਣਾ ਚਾਹੁੰਦਾ ਕਿ ਇੱਧਰ ਇੱਕ ਅਲੱਗ ਸੈੱਟ ਲੱਗਿਆ ਹੈ ਤੁਹਾਨੂੰ ਬਾਅਦ ਚ ਦਿਖਾਉਣਾ ਹੈ ਸਾਰਨੂੰ ਪਹਿਲਾਂ ਆਪਾਂ ਚੱਲਦੇ ਆ ਇਸ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਿ ਸਰ ਇਹ ਫਿਰ ਇਹ ਵੀ ਰੈਂਟ ਵਾਸਤੇ ਰੱਖਿਆ ਹੈ ਇਹ ਵੀ ਰੈਂਟ ਵਾਸਤੇ ਹਾਂਜੀ ਬ ਉਹ ਕਹਿੰਦਾ ਮੈਂ ਜਸਤਾ ਨੂੰ ਮੈਂ ਬਾਈ ਨੂੰ ਕਾਲ ਕੀਤੀ ਸਰ ਸਰਪ੍ਰਾਈਜ਼ ਵਿਜ਼ਿਟ ਕਰਕੇ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਹਾਂ ਜੀ ਨਹੀਂ ਤਾਂ ਆਪਾਂ ਖੜੀ ਰੱਖ ਲੈਂਦੇ ਠੀਕ ਹੈ ਹਾਂ ਜੀ ਟਰੈਕਟਰ ਵੀ ਆਪਾਂ ਦਿੰਨੇ ਆ ਓਕੇ ਸਾਰਾ ਕੁਝ ਆਪਾਂ ਰੈਂਟ ਤੇ ਦਿੰਨੇ ਆ ਵਿੱਚ ਹੀ ਇਹ ਇਨਕਲੂਡਡ ਹੀ ਆਪਣਾ ਸਾਰਾ ਕੁਝ ਕੋੜਾ ਵੀ ਹੈਗਾ ਆਪਣੇ ਕੋਲੇ ਅੱਛਾ ਕੋੜਾ ਵੀ ਹੈਗਾ ਠੀਕ ਹੈ ਸਾਰੀਆਂ ਚੀਜ਼ਾਂ ਪਰ ਉਹਦੇ ਚਾਰਜਸ ਥੋੜੇ ਐਕਸਟਰਾ ਨੇ ਤੇ ਇਹ ਚੀਜ਼ਾਂ ਆਪਣੀਆਂ ਇਨਕਲੂਡਡ ਹੀ ਆ ਸਾਰੇ ਕਾਸਤੇ ਤੇ ਜੇ ਭਾਈ ਹੁਣ ਆਪਾਂ ਚਲੋ ਚਾਰਜਸ ਦੀ ਗੱਲ ਤੋਂ ਸ਼ੁਰੂ ਕੀਤੇ ਮੈਨੂੰ ਦੱਸੋ ਵੀ ਜੇ ਕਿਸੇ ਨੇ ਬੁਲੇਟ ਸਕੂਟਰ ਤੇ ਟਰੈਕਟਰ ਤੇ ਬਿੱਲੀ ਜੀਪਸ ਇਕੱਠੇ ਹੁੰਦੇ ਨੇ ਕਿ ਅਲੱਗ-ਅਲੱਗ ਇਕੱਠੇ ਪੈਕੇਜ ਹੀ ਆ ਜੀ ਕੀ ਪੈਕੇਜ ਆ ਤੁਹਾਡਾ ਇਹ ਆਪਣਾ ਜਿਵੇਂ ਵੀਡੀਓ ਸ਼ੂਟ ਕਰ ਲਓ ਚਾਹੇ ਫੋਟੋ ਸ਼ੂਟ ਕਰ ਲਓ ਆਪਾਂ 5000 ਰੁਪਿਆ ਰੱਖਿਆ ਇੰਨਾਂ ਚੀਜ਼ਾਂ ਦਾ ਸਿਰਫ ਸੁਣੇ ਇਹਨਾਂ ਦੇ ਇਨਕਲੂਡਡ ਹਾਂਜੀ ਠੀਕ ਹੈ ਭਾਈ ਇਹ ਵੀ ਮ ਪਰ ਹਾਰਸ ਦੇ ਆਪਾਂ ਨੂੰ 1000 ਐਕਸਟਰਾ ਅੱਛਾ ਉਹਦੇ ਉਹਦਾ 1000 ਰੁਪਏ ਐਕਸਟਰਾ ਹਾਂਜੀ ਠੀਕ ਹੈ ਕਿਉਂਕਿ ਉਹ ਜਿਹੜਾ ਬੰਦਾ ਲੈ ਕੇ ਆਉਂਦਾ ਆਪਣਾ ਆਪ ਦਾ ਨਹੀਂਗਾ ਉਹ ਜਿਹੜਾ ਬੰਦਾ ਲੈ ਕੇ ਆਉਂਦਾ ਉਹੀ ਲੈ ਕੇ ਜਾਂਦਾ ਪੈਸੇ ਉਹੀ ਲੈ ਕੇ ਜਾਂਦਾ ਤੇ ਆਪਾਂ ਉਹ ਨਹੀਂ ਦੇਣੇ ਹੁੰਦੇ ਉਹਨਾਂ ਦੇ ਹਾਂਜੀ ਬਈ ਤੁਸੀਂ ਦੇਖ ਸਕਦੇ ਹੋ ਕਿ ਲੇਟੈਸਟ ਤੁਹਾਨੂੰ ਟਰੈਕਟਰ ਵੀ ਇੱਥੇ 4x4 ਮਿਲ ਜੂਗਾ ਬੁਲੇਟ ਹੋ ਗਿਆ ਤੁਹਾਨੂੰ ਉਹ ਮਿਲ ਜੂਗਾ ਫਿਰ ਇੱਧਰ ਸਕੂਟਰ ਪ੍ਰੀਆ ਜਿਹੜਾ ਪੁਰਾਣਾ ਉਹ ਮਿਲ ਜੂਗਾ ਇਹਨਾਂ ਦਾ ਮੇਨ ਅਟਰੈਕਸ਼ਨ ਦਾ ਪੁਆਇੰਟ ਹੈਗਾ ਬਈ ਇੱਕ ਸਾਰਾ ਸਾਰਾ ਘਰ ਜਿਹਨੂੰ ਆਪਾਂ ਹਵੇਲੀ ਵੀ ਕਹਿ ਸਕਦੇ ਆ ਤੇ ਸਾਰੇ ਫਿਰ ਤੁਸੀਂ ਆਪ ਬਣਾਇਂਗੇ ਕਿ ਜੇ ਪਹਿਲਾਂ ਇਹ ਆਪਾਂ ਨਹੀਂ ਜੀ ਹੁਣ ਆਪਾਂ ਤਿਆਰ ਕੀਤੀ ਆ ਨਵੇਂ ਸਿਰਿੰਗ ਤਿਆਰ ਕੀਤੀ ਆ ਪਰ ਆਪਾਂ ਟਰਾਈ ਕੀਤੀ ਆ ਪੂਰੀ ਇਹਨੂੰ ਪੁਰਾਣੀ ਲੁੱਕ ਦੇਣ ਦੀ ਜੇ ਜਿੰਨਾ ਕ ਆਪਾਂ ਕਰ ਸਕਦੇ ਆ ਪੁਰਾਣੀ ਲੁੱਕ ਦੇਣ ਦੀ ਟਰਾਈ ਕੀਤੀ ਆ ਠੀਕ ਹੈ ਆਓ ਵੀ ਆਪਾਂ ਚੱਲਦੇ ਆਂ ਇਹਦੇ ਅੰਦਰ ਦੇਖਦੇ ਆਂ ਵੀ ਕੀ ਕੀ ਕੀਤਾ ਹੈ ਪਰ ਪ੍ਰੋਪਰ ਇਹ ਪੁਰਾਣਾ ਹੀ ਜਿੱਦਾਂ ਲੁੱਕ ਹੁੰਦੀ ਆ ਮਿੱਟੀ ਦਾ ਜਿੱਦਾਂ ਹੁੰਦਾ ਹੈ ਕਿ ਇਹ ਕਲਰ ਵੀ ਇਹਦਾ ਉਦੋਂ ਇਹੀ ਹੁੰਦਾ ਸੀ ਜਿਆਦਾ ਕਲਰ ਫ੍ਰੀਂਫੁਲੀ ਨਹੀਂ ਹੁੰਦੇ ਸੀਗੇ ਇਸ ਕਰਕੇ ਸਰ ਨੇ ਉਹੀ ਚੀਜ਼ ਤਿਆਰ ਕੀਤੀ ਹੈ ਸਰ ਨੋ ਮੇਨ ਜੀ ਤੁਹਾਨੂੰ ਦੱਸ ਦਿੰਨਾ ਮੈਂ ਕਿ ਇਹਦੇ ਇਹਦਾ ਕੱਚਾ ਫਰਸ਼ ਹੈ ਤੁਸੀਂ ਦੇਖ ਸਕਦੇ ਹੋ ਇਹ ਉਦੋਂ ਕੱਚੇ ਫਰਸ਼ ਹੀ ਹੁੰਦੇ ਸੀ ਸਰ ਇਹਨੂੰ ਕੱਚਾ ਫਰਸ਼ ਹੀ ਕਹਿੰਦੇ ਕਿ ਜਸਟ ਇਹਦਾ ਆਪਾਂ ਗੋਏ ਨਾਲ ਇਹਨੂੰ ਕਰ ਦੇਣ ਜੀ ਇਹ ਗੋਏ ਨਾਲ ਲਿੱਪੀ ਦਾ ਜੀ ਆਹ ਹੁਣ ਜਿਵੇਂ ਸੀਜ਼ਨ ਆਪਣਾ ਸ਼ੁਰੂ ਹੋ ਗਿਆ ਹੁਣ ਇੱਕ ਵਾਰ ਲੇ ਕਰਾਵਾਂਗੇ ਇਹਨੂੰ ਆਪਾਂ ਠੀਕ ਹੈ ਠੀਕ ਹੈ ਜਦੋਂ ਆਪਾਂ ਐਂਟਰੀ ਹੁੰਨੇ ਆ ਸਾਰਨੋਂ ਪਹਿਲਾਂ ਤੁਹਾਨੂੰ ਇੱਕ ਮਿਲਦਾ ਇਹਨੂੰ ਆਪਾਂ ਕਹਿ ਦਿੰਨੇ ਆ ਬਈ ਕੀ ਕਹਿੰਦੇ ਆ ਇਹਨੂੰ ਆਪਾਂ ਵੈਸੇ ਇੱਕ ਗੱਡਾ ਬਾਈ ਜੀ ਇਹ ਗੱਡਾ ਹਾਂਜੀ ਇਹ ਰਾਜਸਥਾਨ ਦਾ ਵੈਸੇ ਇਹ ਓਕੇ ਇਹ ਉਹਨਾਂ ਦਾ ਪਹਿਲਾਂ ਸਵਾਰੀ ਹੁੰਦੀ ਸੀ ਜਿਹੜੇ ਗੱਡੇ ਵਾਲੇ ਆਪਨੇ ਆਉਂਦੇ ਨੇ ਉਹਨਾਂ ਦੀ ਸਵਾਰੀ ਹੁੰਦੀ ਸੀ ਇਹ ਠੀਕ ਹੈ ਰਾਜਸਥਾਨ ਵਾਲਿਆਂ ਦੀ ਓਕੇ ਓਕੇ ਹਾਂਜੀ ਤੇ ਇਧਰ ਸਰ ਇਹ ਕੀ ਬਣਾਇਆ ਇੱਕ ਕਿਚਨ ਆ ਬਾਈ ਜੀ ਇਧਰ ਚੱਕੀ ਚਾਂਜ ਦਾ ਚੋਲ ਜਨ ਚੌਂਕਾ ਕਹਿੰਦੇ ਆ ਇਹ ਚੌਂਕਾ ਠੀਕ ਹੈ ਤੇ ਚੁੱਲਾ ਚੌਂਕਾ ਇਧਰ ਆਇਆ ਕਿਚਨ ਬਣਾਈ ਹੋਈ ਠੀਕ ਹੈ ਤੇ ਇਹ ਸਾਰਾ ਆਪਣਾ ਸੈਟ ਠੀਕ ਹੈ ਅੱਜ ਤੁਹਾਨੂੰ ਚੌਂਕਾ ਦਿਖਾਉਣਾ ਹੈ ਬਈ ਕਿਵੇਂ ਦਾ ਹੁੰਦਾ ਸੀ ਕਿਚਨ ਪਹਿਲੀਆਂ ਵਿੱਚ ਕਿਵੇਂ ਦੀ ਹੁੰਦੀ ਸੀ ਇਹ ਤੁਸੀਂ ਦੇਖ ਸਕਦੇ ਹੋ ਪਹਿਲਾਂ ਇਦਾਂ ਦਾ ਸਿਸਟਮ ਹੁੰਦਾ ਸੀ ਇਹਦੇ ਵਿੱਚ ਅੱਗ ਬਲਦੀ ਹੁੰਦੀ ਸੀ ਤੇ ਇਹਦੇ ਤੇ ਤੁਸੀਂ ਸਾਰਾ ਕੁਝ ਬਣਾਉਂਦੇ ਹੁੰਦੇ ਥੋਨੂੰ ਇਹਦੀ ਵੀ ਇੱਥੇ ਪ੍ਰੋਪਰ ਮਿਲ ਜੂਗੀ ਤੇ ਦੋਸਤੋ ਇਹਦੇ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹੁਣ ਆਪਾਂ ਚੱਲਦੇ ਆ ਮੇਨ ਘਰ ਵਾਲੇ ਬੰਨੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਇਸਰ ਨੇ ਉੱਪਰ ਚੜਨ ਵਾਸਤੇ ਵੀ ਬਣਾਇਆ ਹੋਇਆ ਤੇ ਇੱਕ ਤੁਹਾਨੂੰ ਬੜਾ ਹੀ ਸੋਹਣਾ 뷰 ਦਿਖਾਉਣਾ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ ਤੁਸੀਂ ਇਹ ਦੇਖੋ ਕਿੱਡੇ ਸੋਹਣੇ ਇੱਥੇ ਬਰ ਕਈ ਤਾਂ ਇੱਥੇ ਮੈਂ ਆਪਦੀ ਲਾਈਫ 'ਚ ਨਹੀਂ ਦੇਖੀਆਂ ਉਹ ਜੀਆਂ ਇੰਨੀਆਂ ਸੋਹਣੀਆਂ ਚਿੜੀਆਂ ਆਉਂਦੀਆਂ ਨਿੱਕੀਆਂ-ਨਿੱਕੀਆਂ ਉਹ ਬਹੁਤ ਡਿਫਰੈਂਟ ਆ ਆਪਣੇ ਕਿਉਂਕਿ ਇੱਥੇ ਫਾਰਮ ਹਾਊਸ ਕਰਕੇ ਗ੍ਰੀਨਰੀ ਜ਼ਿਆਦਾ ਤੇ ਬਹੁਤ ਜ਼ਿਆਦਾ ਰਹਿੰਦੀਆਂ ਇੱਥੇ ਹਾਂਜੀ ਠੀਕ ਐ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਸਵੇਰੇ-ਸਵੇਰੇ ਕਿ ਬਹੁਤ ਰਿਫਰੈਸ਼ਿੰਗ ਲੱਗਦੀਆਂ ਨੇ ਠੀਕ ਐ ਜੀ ਹਾਂਜੀ ਹੁਣ ਇੱਧਰ ਗੱਲ ਕੀਤੀ ਜਾਵੇ ਬਾਈ ਤੇ ਪਹਿਲਾਂ ਦੇਖ ਸਕਦੇ ਹੋ ਕਿ ਚਰਖਾ ਬਾਈ ਹੋਣੇ ਕੋਲ ਇੱਥੇ ਪਿਆ ਇਹ ਪੁਰਾਣਾ ਹੁੰਦਾ ਸੀ ਰੂਹ ਕੱਤਣ ਆਸਤੇ ਤੇ ਇਹ ਉਹ ਚੀਜ਼ਾਂ ਨਾਲ ਇੱਕ ਪੀੜੀ ਰੱਖੀ ਹੋਈ ਐ ਇੱਕ ਚਰਖਾ ਵਗੈਰਾ ਉਧਰ ਸਾਈਡ ਤੇ ਜਾ ਤੁਹਾਡੀ ਪਰਸਨਲ ਜਨਨ ਨਾਨੀ ਜੀ ਇਹ ਚਰਖਾ ਵੀ ਤੇ ਇਹ ਵੀ ਮੇਰੇ ਨਾਨੀ ਜੀ ਦੀ ਹੋਈ ਆ ਠੀਕ ਹੈ ਇਧਰੇ ਸ਼ੱਜ ਵੀ ਪਿਆ ਜਿੱਦੇ ਨਾਲ ਪਹਿਲੀਆਂ ਜਿ ਮਸ਼ੀਨਰੀ ਨਹੀਂ ਹੁੰਦੀ ਸੀ ਤੇ ਸ਼ੱਜ ਵਗੈਰਾ ਨਾਲ ਕਣਕ ਵਗੈਰਾ ਸਾਫ਼ ਕਰਕੇ ਦਾਲਾਂ ਵਗੈਰਾ ਵੀ ਕਰਦੇ ਹੁੰਦੇ ਸਾਰਾ ਕੁਝ ਇਹਦੇ ਨਾਲ ਚੱਲਦਾ ਸੀਗਾ ਤੇ ਇਸ ਕਰਕੇ ਇਹ ਵੀ ਸਰ ਹੁਣ ਕੋਈ ਇੱਥੇ ਪਿਆ ਤੇ ਅੰਦਰ ਦੀ ਗੱਲ ਕੀਤੀ ਜਾਵੇ ਤਾਂ ਇਦਾਂ ਪੁਰਾਣਾ ਟ੍ਰੈਡੀਸ਼ਨਲ ਬਾਈ ਪਹਿਲੀਆਂ ਚ ਲਾਈਟਾਂ ਵਗੈਰਾ ਇਦਾਂ ਹੀ ਹੁੰਦੀਆਂ ਸੀਗੀਆਂ ਬਲਬ ਹੁੰਦੇ ਜਾਂ ਇੱਥੇ ਟੰਗਦੇ ਹੁੰਦੇ ਸੀਗੇ ਆਪਣੇ ਲਾਲਟੇਨ ਉਹਨੂੰ ਕਹੇਦੇ ਸੀਗੇ ਟੰਗਦੇ ਸੀ ਹਾਂਜੀ ਉਹ ਹੁੰਦੇ ਸੀਗੇ ਤੇ ਹੁਣ ਆਪੇ ਚੱਲਦੇ ਆਂ ਅੰਦਰ ਅੰਦਰ ਦੀ ਗੱਲ ਕੀਤੀ ਜਾਵੇ ਤੇ ਪਹਿਲੀਆਂ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਏਦਾਂ ਹੈ ਕਿ ਸਰ ਇਹਨੂੰ ਮੈਨੂੰ ਨਾਂ ਭੁੱਲ ਗਏ ਇਹ ਸੰਦੂਖ ਹੈ ਜੀ ਸੰਦੂਖ ਕਹਿੰਦੇ ਹੁੰਦੇ ਸੀਗੇ ਇਹ ਬਾਈ ਸੰਦੂਖ ਵਗੈਰਾ ਇੱਥੇ ਇਦਾਂ ਹੀ ਹੁੰਦੇ ਸੀਗੇ ਪਹਿਲੀਆਂ ਦੇ ਵਿੱਚ ਇਹ ਟ੍ਰੈਡੀਸ਼ਨਲ ਹੁੰਦੇ ਸੀ ਕਿਉਂਕਿ ਉਦੋਂ ਪੇਟੀਆਂ ਵਗੈਰਾ ਲੋਕਰ ਵਗੈਰਾ ਜਿਆਦਾ ਨਹੀਂ ਅਵੇਲੇਬਲ ਇਹ ਉਹ ਸੰਦੂਖ ਆਪਣਾ ਆਪਣਾ ਉਹ ਵੀ ਕਰਦਾ ਹੀ ਆ ਉਹ ਮੇਰੇ ਨਾਲ ਨਹੀਂਦਾ ਹੀ ਆ ਕੀ ਬਾਤ ਹੈ ਜਿਆਦਾ ਸਮਾਨ ਮਤਲਬ ਤੁਸੀਂ ਪੁਰਾਣਾ ਹੀ ਯੂਜ਼ ਕਰਦੇ ਹੋ ਪੁਰਾਣਾ ਹੀ ਆ ਆਪਣੇ ਘਰ ਦਾ ਹੀ ਆ ਜਿਵੇਂ ਆ ਟੀਵੀ ਇਹ ਵੀ ਆਪਾਂ ਉਵੇਂ ਲਿਆ ਨੀਗਾ ਆਪਣੇ ਘਰ ਦਾ ਹੀ ਆ ਇਹ ਵੀ ਇਹ ਪਹਿਲਾਂ ਦਾ ਪਿਆ ਸਾਂਭਿਆ ਰੱਖਿਆ ਹੋਇਆ ਸੀਗਾ ਠੀਕ ਹੈ ਵੀ ਬਾਈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਪੁਰਾਣਾ ਤੇ ਮਤਲਬ ਲਾਈਕ ਇਹ ਮਤਲਬ origignal ਨੇ ਮਤਲਬ ਕੋਈ ਚਾ ਕਾਪੀ ਸਿਸਟਮ ਨਹੀਂ ਹੈਗਾ ਪਹਿਲੀਆਂ ਚ ਇਦਾਂ ਦੀਆਂ ਆਉਂਦੇ ਹੁੰਦੇ ਸੀਗੇ ਇਹ ਟੀਵੀ ਵਗੈਰਾ ਹੋ ਗਿਆ ਨਾਲ ਉਹਦਾ ਹੋ ਗਿਆ ਇੱਕਦਣ ਹੋਰ ਚੀਜ਼ ਰੱਖ ਦਿਆਂ ਕਿ ਬਾਈ ਛੱਤਾਂ ਜਿਹੜੀਆਂ ਨੇ ਪਹਿਲੀਆਂ ਚ ਇਦਾਂ ਦੀਆਂ ਹੁੰਦੀਆਂ ਸੀ ਬਾਲੇ ਵਾਲੀ ਛੱਤ ਇਹਨੂੰ ਕਹਿੰਦੇ ਹੁੰਦੇ ਸੀਗੇ ਇਹ ਪਹਿਲੀਆਂ ਚ ਇਦਾਂ ਦੀਆਂ ਇਹ ਵੀ ਸਰ ਨੇ ਉਹੀ ਪਾਈਆਂ ਨੇ ਮਤਲਬ ਟ੍ਰੈਡੀਸ਼ਨਲੀ ਰੱਖੀਆਂ ਨੇ ਤੇ ਨਾਲ ਹੀ ਇਹਦੇ ਤੁਸੀਂ ਇਹ ਸੰਦੂਕ ਵਗੈਰਾ ਦੇਖ ਸਕਦੇ ਹੋ ਇੱਧਰ ਜਿਹੜਾ ਹੈਗਾ ਸਰ ਹੁਣਾਂ ਕੋਲੇ ਇਹਦੇ ਉੱਪਰ ਸਰ ਇਹ ਰੇਡੀਓ ਆ ਮੇਰਾ ਇਹ ਰੇਡੀਓ ਹੈ ਜੀ ਇਹ ਵੀ ਆਪਣਾ ਆਪ ਦਾ ਹੀ ਆ ਜੀ ਓਕੇ ਇਹ ਹੈ ਤਾਂ ਵਿਚਾਰੇ ਦੀ ਹਾਲਤ ਥੋੜੀ ਮਾੜੀ ਆ ਪਰ ਇਹ ਆਪਣਾ ਆਪ ਦਾ ਹੀ ਆ ਆ ਵੀ ਆਪਣਾ ਆਪ ਦਾ ਹੀ ਆ ਇਹ ਤਵਾ ਚਲਾਉਣ ਵਾਲਾ ਪਹਿਲਾਂ ਇਹ ਜੀ ਆਉਣ ਲੱਗੇ ਸੀ ਸਭ ਤੋਂ ਪਹਿਲਾਂ ਹੋਰ ਤਰ੍ਹਾਂ ਦੇ ਆਉਂਦੇ ਸੀ ਉਸ ਤੋਂ ਬਾਅਦ ਇਹ ਆਉਣ ਲੱਗੇ ਸੀ ਇਹ ਆਉਣ ਲੱਗੇ ਭਾਈ ਤੁਹਾਨੂੰ ਡਰੈਸਿੰਗ ਟੇਬਲ ਵੀ ਦਿਖਾਉਣਾ ਪਹਿਲੇ ਟਾਈਪ ਦਾ ਵੀ ਇਦਾਂ ਦਾ ਡਰੈਸਿੰਗ ਟੇਬਲ ਵਗੈਰਾ ਦਾ ਉਹ ਵੀ ਇੱਥੇ ਇਹ ਮੇਰੇ ਫਾਦਰ ਤੇ ਦਾਜ ਦਾ ਜੀ ਅੱਛਾ ਉਹਨਾਂ ਨੂੰ ਮਿਲਿਆ ਸੀਗਾ ਮੇਰੇ ਮਦਰ ਹੁਣਾਂ ਨਹੀਂਓ ਕੀ ਬਾਤ ਹੈ ਹਾਂ ਜੀ ਤੇ ਬਾਕੀ ਸਰ ਅੰਦਰ ਵੀ ਕਮਰੇ ਵਰਕਿੰਗ ਹੈ ਵੈਸੇ ਨਹੀਂ ਜੀ ਅੰ ਕੁਝ ਚੇਂਜ ਚੁੰਜ ਕਰਨਾ ਹੋਵੇ ਕਿਸੇ ਨੂੰ ਉਹ ਕੋ ਦੇ ਦੇ ਦਿੰਦੇ ਹਾਂ ਠੀਕ ਹੈ ਜਿਆਦਾ ਬੀਜ਼ੀ ਹੋਵੇ ਫਿਰ ਅਪਾ ਚੇਂਜਿੰਗ ਲਈ ਦੇ ਦੇ ਸਕਦੇ ਹਾਂ ਦੇ ਸਕਦੇ ਹਾਂ ਹਾਂਜੀ ਤੇ ਇਹ ਬਾਈ ਸਾਰਾ ਸਿਸਟਮ ਥਲੇ ਤੋਂ ਉੱਪਰ ਵੀ ਬਾਈ ਸੇਮ ਹੀ ਬਣਿਆ ਹੋਇਆ ਜਸਟ ਉੱਪਰ ਹਾਂਜੀ ਸੇਮ ਇੱਕ ਰੂਮ ਬਣਿਆ ਹੋਇਆ ਜੀ ਓਕੇ ਸੇਮ ਠੀਕ ਹੈ ਉੱਤੇ ਵੀ ਬਾਈ ਵੈਸੇ ਚੜਨ ਨੂੰ ਹੈਗਾ ਤੁਸੀਂ ਚੜ੍ਹ ਸਕਦੇ ਹੋ ਕੋਈ ਫੋਟੋ ਸ਼ੂਟ ਹਾਂਜੀ ਹਾਂਜੀ ਫੋਟੋ ਸ਼ੂਟ ਕਰਨਾ ਉੱਪਰ ਹੋ ਸਕਦਾ ਇਹ ਬਾਈ ਪਹਿਲੀ ਤਰ੍ਹਾਂ ਦੇ ਮੰਝੇ ਹੁੰਦੇ ਸੀ ਇਦਾਂ ਦੇ ਪ੍ਰੋਪਰ ਸਰ ਨੇ ਉਹ ਵੀ ਐਕਚੁਅਲ ਵਾਲਾ ਮੰਝਾ ਜਿਹੜਾ ਹੁੰਦਾ ਸੀ ਉਹ ਰੱਖਿਆ ਹੋਇਆ ਇੱਥੇ ਇਦਰੇ ਦੇਖ ਸਕਦੇ ਹੋ ਕਿ ਲਾਈਕ ਇਹ ਖੂ ਮੇਰੇ ਸਾਹਮਣੇ ਤੁਸੀਂ ਬਣਾਇਆ ਹੋਇਆ ਹੈ। ਇਹ ਹਾਂਜੀ ਇਹ ਖੂ ਬਣਾਇਆ ਹੋਇਆ ਜੀ। ਖੂ ਬਣਾਇਆ ਹੋਇਆ। ਨਾਲ ਹੀ ਇਹਦੇ ਬਾਈ ਇੱਕ ਟੋਕਾ ਵੈਸੇ ਮੈਂ ਤੇ ਇਹਨੂੰ ਕਹੂੰਗਾ ਕਿ ਪੱਠੇ ਕੁਤਰਨਾ। ਟੋਕਾ ਹੀ ਆ ਜੀ ਪੱਠੇ ਪੱਠੇ ਕੁਤਰਨ ਵਾਲਾ ਇਹ। ਤੇ ਨਾਲ ਹੀ ਕੁਝ ਪੁਰਾਣੇ ਐਗਰੀਕਲਚਰ ਇਨਸਟਰੂਮੈਂਟ ਰੱਖੇ ਹੋਏ ਆ ਸਰਨੇ ਜਿੱਦਾਂ ਕਿ ਲਾਈਕ ਇਹਨੂੰ ਹੱਲਾ ਕਹਿੰਦੇ ਸੀ ਜਾਂ ਲਾਈਕ ਉਹ ਸੁਹਾਗਾ ਸੀਗਾ ਕੁਝ ਇਦਾਂ ਦਾ ਸਿਸਟਮ ਸਰਨੇ ਇਹ ਵੀ ਰੱਖਿਆ ਹੋਇਆ। ਸਰ ਇਹ ਕੀ ਬਣਾਇਆ ਕਬੂਤਰਾਂ ਵਾਲਾ ਖੁੱਡਾ ਜੀ। ਅੱਛਾ ਕੁੱਕੜਾ ਵਾਲਾ ਖੁੱਡਾ। ਕਬੂਤਰਾਂ ਵਾਲਾ ਜੀ। ਕਬੂਤਰਾਂ ਵਾਲਾ ਕ ਸਾਮਨਾ ਉੱਤਰਾ ਬਣਾਇਆ ਹੋਇਆ ਸਾਈਕਲਸ ਰੱਖੇ ਹੋਇਆ ਬਾਲ ਬਣਾਈ ਹੋਈ ਆ ਪ੍ਰੋਪਰ ਸਾਰੀ ਸਾਰੀ ਉੱਥੇ ਵੀ ਕੋਸ਼ਾ ਤੇ ਦੇ ਮਤਲਬ ਟਾਇਰਸ ਵਗੈਰਾ ਤੈ ਇਹ ਗਰਾਜ ਆ ਜੀ ਜਿਵੇਂ ਪੁਰਾਣਾ ਗਰਾਜ ਦੀ ਲੁੱਕ ਦਿੱਤੀ ਗਈ ਆ ਗਰਾਜ ਦੀ ਦਿੱਤੀ ਹੋਈ ਠੀਕ ਆ ਇਹ ਗੱਡੀ ਸਰ ਇਹ ਵੀ ਆਪਣੀਆਂ ਆਪਣੀਆਂ ਜੀ ਪੁਰਾਣੀ ਗੱਡੀ ਇਹ ਮੇਰੀ ਸਭ ਤੋਂ ਪਹਿਲੀ ਕਾਰ ਆ ਜੀ ਮੇਰੀ ਇਹ ਓਕੇ ਸਰ ਨੇ ਮੈਨੂੰ ਮੋਸਟਲੀ ਟ੍ਰਾਈ ਕੀਤਾ ਕਿ ਪੁਰਾਣੀਆਂ ਚੀਜ਼ਾਂ ਨੂੰ ਹੀ ਯੂਜ਼ ਕੀਤਾ ਤੇ ਇੱਧਰ ਇੱਕ ਸੈੱਟ ਪ੍ਰੋਪਰ ਲੱਗਿਆ ਹੋਇਆ ਹੋਰ ਇਹ ਬਾਅਰ ਦਾ ਸੈੱਟ ਆ ਜੀ ਬਾਅਰ ਸੈੱਟ ਇੱਥੇ ਆਪਣਾ ਜਗ੍ਹਾ ਜਿਹੜੀ ਖਾਲੀ ਆ ਤੇ ਲਈ ਆਪਾਂ ਪੂਲ ਟੇਬਲ ਲੈ ਰਹੇ ਆ ਸੁਨੁਕਰ ਲਈ ਓਕੇ ਫੋਟੋ ਕਿਸੇ ਨੇ ਕਰਨੀਆਂ ਆ ਕਰਨਾ ਫੋਟੋਜ਼ ਲਈ ਉਹ ਆਪਾਂ ਲੈ ਰਹੇ ਆ ਆਪਣਾ ਇੱਕ ਦੋ ਦਿਨ ਚ ਆ ਜੂਗਾ ਹਾਂ ਜੀ ਪੂਲ ਟੇਬਲ ਰੱਖਣਾ ਇਹ ਤਾਂ ਹੀ ਜਗ੍ਹਾ ਖਾਲੀ ਆ ਉਸ ਚੀਜ਼ ਲਈ ਠੀਕ ਹੈ ਹਾਂਜੀ ਇਹ ਬਈ ਸਾਰਾ ਸਾਰਾ ਬਾਰ ਤੇ ਵਿਦ ਪੂਲ ਟੇਬਲ ਆ ਗਿਆ ਕਿਉਂਕਿ ਉਹ ਜ਼ਰੂਰੀ ਹੁੰਦਾ ਇਹ ਸਾਰਾ ਲਾਈਟਨਿੰਗ ਹੈ ਇੱਥੇ ਆਪਣੀ ਬਚਪ ਲਾਈਟ ਲਾਈਟ ਹੋਣਗੀਆਂ ਹਾਂਜੀ ਸਾਰਾ ਕਨੈਕਸ਼ਨ ਰੈਡੀ ਹੈ ਬਸ ਹੁਣ ਨਹੀਂ ਆਵੇ ਤੇ ਚਲਾ ਦਈਦਾ ਫਿਰ ਠੀਕ ਹੈ ਜੀ ਹਾਂਜੀ ਇੱਧਰ ਬਈ ਅਗਲੇ ਬੰਨੇ ਸੈਟਅਪ ਆ ਜਾਂਦਾ ਇੱਕ ਲਾਇਬ੍ਰੇਰੀ ਲਾਇਬ੍ਰੇਰੀ ਦਾ ਹਾਂਜੀ ਆ ਕੈਫੇਟੇਰੀਆ ਦਾ ਨਾਲ ਤੇ ਉਹ ਲਾਇਬ੍ਰੇਰੀ ਦਾ ਸੈਟਅਪ ਆ ਠੀਕ ਹੈ ਸਰ ਇਹ ਪਿਆਨੋ ਰੱਖਿਆ ਹੋਇਆ ਲੱਗਦਾ ਹਾਂਜੀ ਬਈ ਵੀ ਤੁਸੀਂ ਦੇਖ ਸਕਦੇ ਹੋ ਤੇ ਕਿੱਡਾ ਸੋਹਣਾ ਪਿਆਨੋ ਸਰ ਨੇ ਵਾਈਟ ਕਲਰ ਰੱਖਿਆ ਹੋਇਆ ਹਾਂਜੀ ਇਹ ਬਈ ਸੈਟ ਹੁੰਦੇ ਆ ਹਾਂਜੀ ਇਹ ਸੈਟ ਹੁੰਦੇ ਇੱਕ ਕਲਾ ਸੈਟ ਆ ਠੀਕ ਹੈ ਇਧਰ ਬਾਈ ਫੇਰ ਉਹੀ ਲੁੱਕ ਆ ਜਾਂਦੀ ਸਾਰੀ ਸਾਰੀ ਤੇ ਦੋਸਤੋ ਇਧਰ ਫਿਰ ਅਸੀਂ ਸਾਈਡ ਤੇ ਆ ਜਾਂਦੇ ਆ ਤੇ ਬਾਈ ਫਿਰ ਇਹ ਚੀਜ਼ਾਂ ਕੀ ਬਣਾਈਆਂ ਹੋਈਆਂ ਨੇ ਆਹ ਤਾਂ ਬਾਈ ਜੀ ਜਿਵੇਂ ਸਿਰਫ ਫੋਟੋ ਕਰਾਉਣ ਲਈ ਜਿਵੇਂ ਉਹ ਵਿੰਡ ਮਿਲਸ ਹੁੰਦੇ ਆ ਉਹ ਚੀਜ਼ ਆ ਇਹ ਤੇ ਆ ਚੇਂਜਿੰਗ ਰੂਮ ਹੈ ਬॉयਜ਼ ਚੇਂਜਿੰਗ ਰੂਮ ਆ ਤੇ ਇਹਦੇ ਨਾਲ ਹੀ ਆ ਗੋਲਸ ਚੇਂਜਿੰਗ ਰੂਮ ਤੇ ਡ्रेसਿੰਗ ਰੂਮ ਆ ਉਹ ਵੀ ਚੀਜ਼ ਤੁਸੀਂ ਰੱਖੀ ਹੋਈ ਹੈ ਇਹ ਵਰਕਿੰਗ ਆ ਸਾਰਾ ਕੁਝ ਵਰਕਿੰਗ ਆ ਅੰਦਰ ਡ्रेसਿੰਗ ਪ੍ਰੋਪਰ ਬਣਾਇਆ ਹੋਇਆ ਹੈ ਜਿਵੇਂ ਆਪਣੇ ਸੈਲੂਨਸ ਚ ਹੁੰਦਾ ਉਹ ਪ੍ਰੋਪਰ ਡ्रेसਿੰਗ ਬਣਾਇਆ ਹੋਇਆ ਹੈ ਆਪਾਂ ਇਹ ਕੋਰਨਰ ਸਰ ਖਾਲੀ ਚ ਇੱਕ ਕੋਰਨਰ ਜੀ ਆਪਾਂ ਇੱਥੇ ਸਟੱਡ ਫਾਰਮ ਵਾਲਾ ਲੁੱਕ ਦੇਣੀ ਆ ਹਾਰਸ ਰੱਖਣਾ ਜ ਮੈਂ ਆਪਦਾ ਹੀ ਰੱਖੂਗਾ ਤੇ ਥੋੜੀ ਦੇਰ ਤੱਕ ਤੇ ਉਹਦੇ ਲਈ ਆਪਾਂ ਉਹ ਤਿਆਰ ਕਰਾਂਗੇ ਇੱਥੇ ਹਾਂਜੀ ਤੇ ਬਾਕੀ ਹੁਣ ਬਾਈ ਗੱਲ ਕੀਤੀ ਜਾਵੇ ਪਿੱਛੇ ਪੇਂਟਿੰਗ ਸ਼ੁਰੂ ਹੋ ਜਾਂਦੀਆਂ ਨੇ ਜਿਹੜੀ ਕਿ ਬੈਲਕਨ ਨੈਚੁਰਲ ਦੀਆਂ ਤੁਸੀਂ ਲੁੱਕ ਦੇਖ ਸਕਦੇ ਹੋ ਦੇ ਫੋਟੋ ਦੇ ਨਾਲ ਤੁਹਾਨੂੰ ਕਿੰਡੀ ਸੋਹਣੀ ਇੱਥੇ ਇਹ ਚੀਜ਼ ਨੇਚੁਰਲ ਚੀਜ਼ ਮਿਲੂਗੀ ਕੋਈ ਡਸਟ ਨਹੀਂ ਕੋਈ ਕੁਛ ਨਹੀਂ ਇਹ ਪਿੰਡਾਂ ਦੀ ਇੱਕ ਖਾਸੀਅਤ ਆ ਮੈਂ ਮੰਨਦਾ ਹਾਂਜੀ ਤੇ ਅਗਲੇ ਬੰਨੇ ਪਾਈ ਹੁਣ ਵੇਖਿਆ ਜਾਵੇ ਇਹ ਸਾਰਾ ਦਾ ਸਾਰਾ ਸੈੱਟ ਹੈ ਜਿਹੜਾ ਕਿ ਇੱਥੇ ਲੱਗਿਆ ਹੋਇਆ ਕਿ ਮਤਲਬ ਇਹ ਪ੍ਰੋਪਰ ਸਾਰਾ ਏਰੀਆ ਹੈ ਤੁਸੀਂ ਇਹ ਗ੍ਰੀਨ ਕਾਸ ਜਿਹੜਾ ਨੇਚੁਰਲ ਹੈ ਕੋਈ ਡੁਪਲੀਕੇਸੀ ਨਹੀਂ ਇਹਦੇ ਵਿੱਚ ਹੈਗੀ ਸਰ ਨੇ ਪ੍ਰੋਪਰ ਇਧਰ ਦੇ ਪ੍ਰੋਪਰ ਜਿਹੜੀ ਵਾਲ ਬਣੀ ਹੋਈ ਹੈ ਜਿਹੜੀ ਕਿ ਤੁਸੀਂ ਯੂਜ਼ ਕਰ ਸਕਦੇ ਹੋ ਕੱਲੀ ਕੱਲੀ ਯੂਜ਼ ਹੁੰਦੀਆਂ ਇਹ ਸਾਰੀ ਹਾਂਜੀ ਫੋਟੋਸ ਲਈ ਯੂਜ਼ ਹੁੰਦੀ ਆ ਤੇ ਇਧਰ ਬਾਈ ਗੱਲ ਕੀਤੀ ਜੇ ਹੁਣ ਅੱਗੇ ਆਪਾਂ ਚੱਲੀਏ ਤੇ ਆਪਾਂ ਡਕਸਲੀ ਬਣਾਇਆ ਹੋਇਆ ਚ ਪਾਣੀ ਛੱਡ ਕੇ ਡਕਸ ਛੱਡ ਦਈਦੀਆਂ ਆਪਣੇ ਕੋ ਹੈਗੀਆਂ ਆਵਦੀਆਂ ਠੀਕ ਹੈ ਜੀ ਉਹ ਛੱਡ ਦਈਦੀਆਂ ਨੇ ਇਹ ਪੁੱਲ ਬਣਿਆ ਹੋਇਆ ਬਾਈ ਇਹ ਛੋਟਾ ਜਿਹਾ ਇੱਕ ਇਹਦੇ ਤੇ ਫੋਟੋਸ ਵਗੈਰਾ ਯੂਜ਼ ਕਰ ਸਕਦੇ ਐ ਇਹਨੂੰ ਇਧਰੋਂ ਬਾਈ ਫਿਰ ਤੁਸੀਂ ਦੇਖਦੇ ਹੋ ਇਹ ਇੱਕ ਅਲੱਗ ਹੀ ਫੀਲ ਆਉਂਦੀ ਆ ਹੁਣ ਇਧਰਲੇ ਬੰਨੇ ਮਾਡਰਨ ਫੀਲ ਆ ਜਾਂਦੀ ਹੈ ਕਿ ਜਦਾਂ ਲਈ ਤੁਸੀਂ ਦੇਖੋ ਪੂਲ ਬਣਿਆ ਹੋਇਆ ਇੱਥੇ ਇੱਕ ਬਹਿਣ ਵਾਲ ਤੇ ਹੱਟ ਬਣੀ ਹੋਈ ਹੈ ਬੂੰਨ ਫਾਇਰ ਬਣੀ ਹੋਈ ਹੈ ਇਹ ਚੀਜ਼ਾਂ ਇੱਧਰ ਆਏ ਨੇ ਪਰ ਇਹ ਤੋਂ ਪਹਿਲਾਂ ਤੁਹਾਨੂੰ ਦਿਖਾਉਣਾ ਮੈਂ ਕਿ ਇੱਧਰ ਇਹ ਸੈੱਟ ਹੋਰ ਥੋੜੇ ਜਿਹਾ ਕਸਟਮ ਕੀਤੇ ਹੋਏ ਯੂਨੀਕ ਆ ਜਾਂਦੇ ਨੇ ਸਟ੍ਰੀਟ ਬਣਾਈ ਹੋਈ ਹੈ ਇੱਕ ਤਰ੍ਹਾਂ ਦੀ ਆਪਾਂ ਇੰਵੇਂ ਅਲੱਗ-ਅਲੱਗ ਫੋਟੋਜ਼ ਲੈਣ ਲਈ ਸਪਾ ਅਲੱਗ-ਅਲੱਗ ਬਣਾਏ ਹੋਏ ਨੇ ਜਿਵੇਂ ਸੈੱਟ ਉਹਨਾਂ-ਉਨਾਂ ਕਰਕੇ ਪੋਰਸ਼ਨ ਡਿਵਾਈਡ ਕਰਕੇ ਆਪਣੇ ਬਣਾਏ ਹੋਏ ਨੇ ਆ ਜਿਵੇਂ ਕੈਫੇਟੇਰੀਆ ਵਾਂਗੂੰਆਂ ਕਾਫੀ ਲੌਂਜ ਜਿਵੇਂ ਪੋਜ਼ ਲਈ ਆ ਇਹ ਸਟ੍ਰੀਟ ਪ੍ਰੋਪਰ ਤਿਆਰ ਕੀਤੀ ਆ ਲਾਈਟ ਸਾਰੀਆਂ ਵਰ ओके okay. हां जी भाई ये ਤੁਸੀਂ ਦੇਖ ਸਕਦੇ ਹੋ ਕਿ ਵਾਲ ਸੈਟਅਪ ਨੇ ਦਾ ਸਰ ਤੁਰੇ ਜਾ ਰਹੇ ਨੇ ਮੈਂ ਤੁਹਾਨੂੰ ਸਾਈਡ ਤੋਂ ਐਂਗਲ ਦੇ ਰਿਹਾ ਕਿ ਤੁਸੀਂ ਇੱਦਾਂ ਫੋਟੋਸ ਖਿਚਾ ਸਕਦੇ ਹੋ ਪ੍ਰੋਪਰ ਤੁਹਾਨੂੰ ਇੱਥੇ ਮਤਲਬ ਵਧੀਆ ਫੀਲ ਆਊਗੀ ਇਹ ਵੀ ਤੁਸੀਂ ਦੇਖਦੇ ਹੋ ਮਾਡਰਨ ਬਾਹਰ ਵਾਲੀ ਲੁੱਕ ਹੁੰਦੀ ਹੈ ਜਿਵੇਂ ਉਹ ਚੀਜ਼ਾਂ ਨੇ 컬러ਫੁਲ ਜੀ ਇਹਨਾਂ ਨੂੰ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਇਹ ਬਈ ਮੇਨ ਲਾਸਟ ਤੇ ਆਇਆ ਇਹ ਬਸ ਲਾਸਟ ਆ ਜਾਂਦਾ ਇਹ ਫੋਨ ਬੂਥ ਲਾਇਆ ਹੋਇਆ ਆਪਾਂ ਓਕੇ ਕਿਉਂਕਿ ਅੱਜ ਕੱਲੇ ਜ਼ਿਆਦਾ ਡਿਮਾਂਡ ਆ ਲੋਕਾਂ ਦੀ ਠੀਕ ਹੈ ਜੀ। ਉਹ ਚਾਹੁੰਦੇ ਆ ਵੀ ਜਿਹੜਾ ਲੰਡਨ 'ਚ ਤਕਰੀਬਨ ਇਹ ਜਿਹੇ ਬੂਥ ਬਣੇ ਮਿਲਦੇ ਨੇ ਆਪਾਂ ਨੂੰ ਇੰਗਲੈਂਡ 'ਚ ਹੁੰਦੇ ਆ। ਠੀਕ ਹੈ ਜੀ। ਤੇ ਆਪਣਾ ਇਥੇ ਹੈ ਨਹੀਂ ਟ੍ਰੈਂਡ ਪਰ ਆਪਾਂ ਬਣਾਇਆ ਜਿਵੇਂ ਫੋਟੋਜ਼ ਲਈ ਬਣਾਇਆ। ਓਕੇ। ਇਹ ਬੈਕ ਸਾਈਡ 'ਤੇ ਇਧਰ ਵਾਸ਼ਰੂਮਸ ਆ ਜੀ। ਓਕੇ। ਗਰਲਸ ਦੇ ਅਲੱਗਾ, ਬॉयਜ਼ ਦੇ ਅਲੱਗਾ। ਦੋਨਾਂ ਦੇ ਅਲੱਗ-ਅਲੱਗ ਵਾਸ਼ਰੂਮਸ ਆ। ਠੀਕ ਹੈ ਜੀ। ਹਾਂਜੀ। ਸੈਪਰੇਟ ਆ। ਹੁਣ ਬਈ ਅਗਲੇ ਤਾਂ ਹੀ ਸੈਪਰੇਟ ਕਰਨ ਲਈ ਆਪਾਂ ਡਿਵਾਈਡ ਕਰਨ ਲਈ ਵਾਲ ਕਰਤੀ ਆ। ਥੋੜੀ ਜਿਹੀ ਸੋਹਣੀ ਵੀ ਲੱਗਦੀ ਆ ਗ੍ਰਿਲ ਕਰਕੇ ਤੇ ਤਾਂ ਬਣਾਈ ਆ ਜ ਤੇ ਹੁਣ ਅਗਲੇ ਬੰਨੇ ਗੱਲ ਕੀਤੀ ਜਾਵੇ ਆਪਾਂ ਹੁਣ ਅੱਗੇ ਚਲੇ ਜਾਨੇ ਆ ਬਾਈ ਆ ਆਪਾਂ ਕੈਂਟੀਨ ਬਣਾਉਣੀ ਆ ਬਈ ਓਪਨ ਕਰ ਦਾਂਗੇ ਜਦੋਂ ਆਪਾਂ ਹੁਣ ਸੀਜ਼ਨ ਚੱਲ ਪੈਣਾ ਦਸਾਂ 15 ਦਿਨਾਂ ਨੂੰ ਆ ਕੈਂਟੀਨ ਆਪਾਂ ਪ੍ਰੋਪਰ ਰੂਮ ਬਣਿਆ ਇਹ ਕੈਂਟੀਨ ਚ ਆਪਾਂ ਕਨਵਰਟ ਕਰ ਦੇਣਾ ਇਹਨੂੰ ਕਰ ਦੇਣਾ ਹਾਂਜੀ ਤੇ ਬਾਈ ਤੁਸੀਂ ਦੇਖ ਸਕਦੇ ਹੋ ਇੱਧਰ ਕੋਈ ਸਰ ਉਹਨਾਂ ਦੇ ਆਫਿਸ ਵਗੈਰਾ ਨੇ ਜੇ ਕੋਈ ਡਾਇਰੈਕਟ ਵੀ ਆਉਣਾ ਚਾਹੁੰਦਾ ਤਾਂ ਇੱਥੇ ਆਣ ਕੇ ਆਪਣੇ ਹੁੰਦੇ ਨੇ ਕੋਈ ਨਾ ਕੋਈ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ ਵੈਸੇ ਫੋਨ ਕਰਕੇ ਆਓ ਤੇ ਵਧੀਆ ਗੱਲ ਹੈ ਫੋਨ ਕਰਕੇ ਆਉਣ ਜਿਆਦਾ ਬੈਗ ਹਾਂਜੀ ਕਿ ਕਿੱਥੇ ਬਸ ਕੇਅਰ ਟੇਕਰ ਹੁੰਦਾ ਉਹਨੇ ਕੁਛ ਉਹਨੂੰ ਜਿਆਦਾ ਪਤਾ ਨਹੀਂ ਹੁੰਦਾ ਦਿਖਾ ਸਕਦਾ ਲੋਕੇਸ਼ਨ ਬਸ ਲੋਕੇਸ਼ਨ ਹਾਂਜੀ ਇੱਧਰ ਬਾਈ ਹੋਰ ਦੇਖਿਆ ਜਾਵੇ ਤੁਸੀਂ ਇਹਨੂੰ ਵੀ ਦੇਖ ਸਕਦੇ ਹੋ ਇਹ ਵੀ ਯੂਜ਼ ਕਰ ਸਕਦੇ ਹੋ ਹਾਂਜੀ ਇਹ ਇਸ ਲਈ ਆ ਪ੍ਰੋਪਰ ਬਣਾਇਆ ਹੋਇਆ ਜੀ ਇੱਧਰ ਵੀ ਇੱਕ ਸੈੱਟ ਲੱਗਿਆ ਹੋਇਆ ਪ੍ਰੋਪਰ ਜਿਹੜਾ ਗ੍ਰੀਨਰੀ ਵਾਲਾ ਕਹਿੰਦੇ ਤੇ ਬਾਈ ਨੇਚਰਲ ਸਾਰੇ ओके okay. आज बहुत बढ़िया आवाज उनही सुबह-सुबह आंदी है ठीक है भाई ये भी बहुत सोहनी सर ने एक हिसाब दी मलो नेचुरल ब्यूटी की कीती हुई है ਤੇ ਤੁਹਾਨੂੰ ਇੱਥੇ ਪ੍ਰੋਪਰ ਇੱਕ ਝੂਲਾ ਵੀ ਮਿਲ ਜੂਗਾ ਜਿਹੜਾ ਕਿ ਕਾਫੀ ਅੱਜਕੱਲ ਸਟੈਂਡਰੀ ਵੀ ਹੁੰਦਾ ਹੈ ਤੇ ਉਹ ਵੀ ਇੱਥੇ ਸਰ ਨੇ ਰੱਖਿਆ ਹੋਇਆ ਇਹ ਸਰਫੇ ਪੂਲ ਪ੍ਰੋਪਰ ਵਰਕਿੰਗ ਇਹ ਪੂਲ ਹਾਂਜੀ ਪ੍ਰੋਪਰ ਵਰਕਿੰਗ ਆ ਜੀ ਜੇ ਕਿਸੇ ਨੇ ਸਮਰ ਚ ਕੋਈ ਪਾਰਟੀਆਂ ਕਰਨੀਆਂ ਹੈ ਕੁਝ ਕਰਨਾ ਠੀਕ ਹੈ ਉਹਦੇ ਲਈ ਪੂਲ ਆ ਜੋ ਆਪਾਂ ਬੰਦਿਆਂ ਲਈ ਨਹੀਂ ਆਪਾਂ ਉਵੇਂ ਰੱਖਿਆ ਪਰਸਨਲ ਪਾਰਟੀਆਂ ਜਿਵੇਂ ਕਰਨੀਆਂ ਉਹਨਾਂ ਲਈ ਹੈਗਾ ਪਰ ਇਹ ਤਾਂ ਫੈਮਲੀ ਹੋਵੇ 10 12 ਬੰਦਿਆਂ ਫੈਮਲੀਆਂ ਹੋਣ ਇੱਕ ਦੋ ਉਹਨਾਂ ਲਈ ਠੀਕ ਹੈ ਜਿਆਦਾ ਨਹੀਂ ਜਿਵੇਂ ਕਈ ਵਾਰ ਲੋਕਾਂ ਨੇ ਬਣਾ ਲਿਆ ਪ੍ਰੋਫੈਸ਼ਨਲੀ ਵੀ ਵੱਡੇ ਵੱਡੇ ਪੂਲ ਉਵੇਂ ਨਹੀਂ ਆਪਾਂ ਬਣਾਇਆ ਚੌਵੇਂ ਨਹੀਂ ਬਣਾਇਆ ਆਪਣਾ ਫੈਮਲੀ ਲਈ ਜਿਵੇਂ ਛੋਟੇ ਮੋਟੇ ਗੈੱਟ ਟੂਗੇਦਰ ਲਈ ਬਣਾਇਆ ਹੋਇਆ ਠੀਕ ਇਹ ਵੀ ਬੜੀ ਵਧੀਆ ਗੱਲ ਲੱਗੀ ਮੈਨੂੰ ਬਾਈ ਇਹ ਵੀ ਤੁਸੀਂ ਕਰ ਸਕਦੇ ਹੋ ਲਾਈਕ ਇੱਕ ਆਪਣਾ ਇੱਥੇ ਸੇਫ ਆ ਬਾਈ ਜੀ ਮੇ ਫੈਮਿਲੀ ਆਵੇ ਕੋਈ ਆਉਣ ਆਪਣਾ ਸੇਫਟੀ ਪੂਰੀ ਆ ਉਹ ਆਪਣੇ ਕੈਮਰਾਸ ਲੱਗੇ ਆ ਸਾਰਾ ਸੀਸੀਟੀਵੀ ਦੇ ਅੰਡਰ ਠੀਕ ਮਨ ਲਓ ਜੇ ਕਿਸੇ ਨੇ ਬਾਈ ਕਿਸੇ ਪਾਰਟੀ ਕਰਨੀ ਹੈ ਲਾਈਕ ਕੋਈ ਬਰਥਡੇ ਸੈਲੀਬ੍ਰੇਟ ਕਰਨਾ ਹੈ ਜਾਂ ਕਿਸੇ ਨੇ ਕੋਈ ਛੋਟਾ ਜਿਹਾ ਈਵੈਂਟ ਕਰਨਾ ਹੈ 40 ਬੰਦੇ ਨੇ ਪਿਆਰ ਬੰਦਿਆਂ ਦਾ ਉਹਦੇ ਲਈ ਵੀ ਤੁਸੀਂ ਦੇ ਦਿੰਦੇ ਹੋ ਕਰ ਸਕਦੇ ਆ ਆਪਾਂ ਕੱਲੀ ਲੋਕੇਸ਼ਨ ਪ੍ਰੋਵਾਈਡ ਕਰਾਉਣੀ ਹੈ ਉਕੇ ਫੂਡ ਉਹਨੂੰ ਆਪਣਾ ਆਪ ਦਾ ਅਰੇਂਜ ਕਰਨਾ ਪੈਂਦਾ ਕਿਉਂਕਿ ਆਪਣਾ ਇੱਥੇ ਉਹ ਜਾ ਕੋਈ ਸਿਸਟਮ ਰੱਖਿਆ ਨਹੀਂ ਹੋਇਆ ਵੀ ਫੂਡ ਪ੍ਰੋਵਾਈਡ ਕਰਦੀ ਹੈ ਉਹਨਾਂ ਨੇ ਠੀਕ ਹੈ ਇਹ ਵੀ ਮੈਨੂੰ ਵਧੀਆ ਗੱਲ ਲੱਗੀ ਬਾਈ ਜੀ ਉਹ ਤਾਂ ਕਿਸੇ ਨੇ ਆਪਣੀ ਪਾਰਟੀ ਬਰਥਡੇ ਪਾਰਟੀ ਕਰਨੀ ਤੁਹਾਨੂੰ ਲੋਕੇਸ਼ਨ ਮਿਲ ਜੂਗੀ ਤੁਸੀਂ ਆਪਣਾ ਇੱਥੇ ਅਰੇਂਜਮੈਂਟ ਕਰ ਲੈਣਾ ਸ਼ਹਿਰ ਦੇ ਖੱਚਾ ਖੱਚੋਂ ਬਾਹਰ ਆ ਕੇ ਵਧੀਆ ਇੱਥੇ ਪਿੰਡ ਚ ਕਾਂਤ ਚ ਵਧੀਆ ਨਹੀਂ ਉਹ ਤਾਂ ਮੈਨੂੰ ਵੀ ਨੈਚੁਰਲ ਚੀਜ਼ਾਂ ਦਾ ਫਾਇਦਾ ਹੋ ਰਹੇ ਨੇ ਤੇ ਬਾਕੀ ਬਾਈ ਪਿੱਛੇ ਹੱਟ ਬਣੀ ਹੋਈ ਹੈ ਮੇਰੇ ਸਾਹ ਨਾਲ ਇੱਕ ਇਹ ਗਜ਼ੀਪੋ ਬਣਾਇਆ ਬਾਈ ਜੀ ਠੀਕ ਹੈ ਹਾਂਜੀ ਇਹ ਵੀ ਜਿਵੇਂ ਇਹ ਸਾਰੀ ਲਾਈਟਨਿੰਗ ਜਗ ਠੀਕ ਹੈ ਭਾਈ ਇਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣੇ ਤੇ ਇਹ ਵੀ ਬਾਈ ਇਦਾਂ ਨੇਚਰਲ ਹਰਟਸ ਹੁੰਦੀਆਂ ਨੇ ਉਦਾਂ ਦੀ ਬਣੀ ਹੋਈ ਹੈ ਤੇ ਵੈਸੇ ਸਰ ਨੇ ਇਹਦਾ ਪ੍ਰੋਪਰ ਨਾਮ ਵੀ ਦੱਸਿਆ ਸੀਗਾ ਤੇ ਬਾਕੀ ਹੁਣ ਅਗਲੇ ਬੰਨੇ ਗੱਲ ਕੀਤੀ ਜਾਵੇ ਤੇ ਭਾਈ ਇੱਥੇ ਤੁਹਾਨੂੰ ਬੋਨਫਾਇਰ ਵਗੈਰਾ ਵੀ ਮਿਲ ਜੂਗੀ ਬੋਨਫਾਇਰ ਹੈਗਾ ਹਾਂਜੀ ਪ੍ਰੋਪਰ ਆਪਣਾ ਬਣਾਇਆ ਹੋਇਆ ਇਹ ਪਿਛਲੇ ਵਿੰਟਰ ਚਲੋ ਲਾਕਡਾਊਨ ਕਰਕੇ ਜ਼ਿਆਦਾ ਪ੍ਰੋਗਰਾਮ ਤਾਂ ਹੋਏ ਨਹੀਂ ਪਰ ਆਪ ਇਹ ਚੀਜ਼ਾਂ ਪੂਰੀਆਂ ਯੂਜ਼ ਕੀਤੀਆਂ ਆਪਾਂ ਯੂਜ਼ ਕੀਤੀਆਂ ਹੁਣ ਆਪਣੇ ਲਈ ਵੀ ਇੰਜੋਏ ਵਧੀਆ ਲੱਗਦਾ ਹਾਂਜੀ ਬੈਠ ਕੇ ਜਿਵੇਂ ਕਿਸੇ ਨੇ ਕਾਰਨਾ ਗੈਟ ਟੂਗੇਦਰ ਬਹੁਤ ਵਧੀਆ ਨੇ ਠੀਕ ਅ ਦੋਸਤੋ ਮੈਂ ਜਸਟ ਆਇਆ ਸੀ ਕਿਉਂਕਿ ਕੁਝ ਲੋਕਾਂ ਦੇ ਕਮੈਂਟ ਵੀ ਹੁੰਦੇ ਆ ਕਈ ਵਾਰੀ ਕਿ ਬਾਈ ਸਾਨੂੰ ਇਦਾਂ ਦੀਆਂ ਪਲੇਸਿਸ ਚਾਹੀਦੀਆਂ ਨੇ ਤੇ ਮੈਂ ਬਾਈ ਹੁਣਾਂ ਨੂੰ ਕਿਹਾ ਕਿ ਆਪਣਾ ਦੁਬਾਰਾ ਇਹਨੂੰ ਰੀ ਬਲੌਗ ਕਰਦੇ ਆ ਤੇ ਇਸ ਕਰਕੇ ਕੋਈ ਕੁਝ ਉਹ ਤੋਂ ਸੈਟਅਪ ਰਹਿ ਗਿਆ ਸੀ ਤੇ ਹੁਣ ਤੁਹਾਨੂੰ ਅੱਜ ਅਸੀਂ ਸਾਰਾ ਸੈਟਅਪ ਦਿਖਾਇਆ ਜਿਹੜਾ ਕਿ ਬਾਈ ਹੁਣਾਂ ਨੇ ਲਾਇਆ ਹੋਇਆ ਪ੍ਰੋਪਰ ਸੈਟਅਪ ਆ ਤੇ ਪ੍ਰੋਪਰ ਤੁਸੀਂ ਇੱਥੇ ਆਪਣਾ ਸ਼ੂਟ ਕਰ ਸਕਦੇ ਹੋ ਤੇ ਜੇ ਹੁਣ ਤੁਹਾਨੂੰ ਸਰਪ੍ਰਾਈਜ਼ ਦਵਾ ਮੈਂ ਇਸ ਜਗ੍ਹਾ ਦਾ ਤੇ ਤੁਸੀਂ ਸੋਚਦੇ ਹੋਗੇ ਬਹੁਤ ਕਾਸਟਿੰਗ ਹੋਊਗੀ ਰੈਂਟ ਤੇ ਕਰਾਂਦੇ ਜਾਂ ਕੁਝ ਉਹ ਵੀ ਬਹੁਤ ਜੈਨੂਅਨ ਆ ਬਾਈ ਨੇ ਮ ਧੋਣ ਮੰਨ ਲਓ ਇਸ ਲੋਕੇਸ਼ਨ ਆ ਠੀਕ ਹੈ ਇੱਥੇ ਜਿਹਦੇ ਕਿਸੇ ਨੇ ਆਉਣਾ ਹੈ ਜੇ ਕਿਸੇ ਰੈਂਟ ਵੀ ਕਰਨੀ ਹੈ ਉਹਨੂੰ ਤੁਹਾਨੂੰ ਕਾਲ ਕਰਕੇ ਪਹਿਲਾਂ ਬੁੱਕ ਕਰਾਉਣੀ ਪੈਂਦੀ ਹੈ ਪਹਿਲਾਂ ਬੁੱਕ ਕਰਾਉਣਾ ਪਊਗਾ ਜੀ ਕੀ ਸਿਸਟਮ ਹੈ ਤੁਹਾਡਾ ਉਹ ਉਹ ਭਾਜੀ ਮੇਰਾ ਨੰਬਰ ਦਿੱਤਾ ਵਰ ਸਕਰੀਨ ਤੇ ਚੱਲ ਰਿਹਾ ਉੱਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਆਪਾਂ ਉੱਤੇ ਸਾਰਾ ਉਹਨਾਂ ਨੂੰ ਦੱਸ ਦਾਂਗੇ ਵੀ ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਪ੍ਰਾਈਸ ਦੱਸਿਆ ਸੀ ਉਹ ਸਿਰਫ ਆਪਣਾ ਹੈਗਾ ਸ਼ੂਟ ਲਈ ਠੀਕ ਹੈ ਜੀ ਕਿਸ ਨੇ ਪ੍ਰੀ-ਵੈਡਿੰਗ ਸ਼ੂਟ ਕਰਨਾ ਹੈ ਜਾਂ ਗਾਣਾ ਸ਼ੂਟ ਕਰਨਾ ਉਹਦਾ ਅਲੱਗ ਹੈ ਉਹਦੇ ਕੀ ਚਾਰजेस ਨੇ ਉਹ ਵੀ ਦੱਸ ਹੀ ਦਿਓ ਸਰ ਗਾਣੇ ਦੇ ਆਪਾਂ ਇਹ ਡਿਸਾਈਡ ਨਹੀਂ ਕੀਤੇ ਉਹ ਉਹਨਾਂ ਦੇ ਬਜਟ ਦੇ ਹਿਸਾਬ ਨਾਲ ਹੁੰਦੇ ਆ ਤੇ ਪ੍ਰੀ-ਵੈਡਿੰਗ ਦਾ ਆਪਣਾ ਡਿਸਾਈਡਡ ਆ ਚਾਹੇ ਵੀਡੀਓ ਹੋਵੇ ਚਾਹੇ ਫੋਟੋ ਸ਼ੂਟ ਹੋਵੇ ਆਪਾਂ 5000 ਰੱਖਿਆ 5 ਉਹਦੇ ਕੋਈ ਟਾਈਮ ਲਿਮਿਟ ਵੀ ਹੈਗੀ ਹੈ ਟਾਈਮ ਲਿਮਿਟ ਹੈਗੀ ਆ ਹਾਂ ਜੀ ਜ਼ਰੂਰ ਉਹ ਸਵੇਰ ਤੁਸੀਂ ਕਹੋ ਵੀ 8 ਵਜੇ ਤੋਂ ਲੈ ਕੇ ਸ਼ਾਮ ਨੂੰ 6:00 ਵਜੇ ਤੱਕ ਠੀਕ ਹੈ ਉਹਦੇ ਵਿੱਚ ਵੀ ਤੁਸੀਂ ਸਾਰਾ ਦਿਨ ਇੱਥੇ ਰਹਿ ਕੇ ਆਪਣਾ ਪੈਸਾ ਜੋ ਮਰਜ਼ੀ ਕਰੀ ਜਾ ਤੇ ਇਹਦੇ ਵਿੱਚ ਕੀ ਹੁੰਦਾ ਕਪਲ ਦਾ ਵੀ ਹੁੰਦਾ ਕਿ ਦੋ ਜਾਣਿਆਂ ਦਾ ਕਿ ਜਾਂ ਜ਼ਿਆਦਾ ਜਾਣਿਆਂ ਦਾ ਜੇ ਕਿਸੇ ਨੇ ਕਰਨਾ ਨਹੀਂ ਕਪਲ ਜਿਵੇਂ ਪਰ ਪਰਸਨ 5000 ਹੁੰਦਾ ਨਹੀਂ ਨਹੀਂ ਕਪਲ ਦਾ ਹੁੰਦਾ ਇਹ ਪੈਸੇ ਤੇ ਪਰ ਨਾਲ ਜਿਵੇਂ ਮੈਂ ਚਾਹਾਂ ਮੈਂ ਰਿਕੁਐਸਟ ਕਰੂੰਗਾ ਵੀ ਜ਼ਿਆਦਾ ਜਾਣੇ ਨਾ ਹੋਣ ਠੀਕ ਹੈ ਵੀ ਆਪਾਂ ਇੱਕ ਫੈਮਲੀ ਦੇ 7-8 ਜਾਣੇ ਹੀ ਅਲਾਉਟ ਕਰਦੇ ਹਾਂ ਵੀ ਇਸ ਤੋਂ ਬਾਅਦ ਫਿਰ ਆਪਾਂ ਲਾਉ ਨਹੀਂ ਕਰਦੇ ਕਿਉਂਕਿ ਜਿਵੇਂ ਕਈ ਵਾਰ ਦੋ ਕਪਲਸ ਆਏ ਹੋ ਸਕਦੇ ਨੇ ਅਲੱਗ-ਅਲੱਗ ਉਹਨਾਂ ਦਾ ਸ਼ੂਟ ਆ ਫਿਰ ਇੱਥੇ ਜਿਆਦਾ ਜਾਣੇ ਹੋ ਜਾਣਗੇ ਔਚ-ਪੋਚ ਹੋ ਜਾਂਦਾ ਤਾਂ ਕਰਕੇ ਵੀ ਆਪਾਂ ਥੋੜੇ ਬੰਦੇ ਰੱਖਣੇ ਆ ਇੱਥੇ ਇਹ ਵੀ ਤੁਹਾਨੂੰ ਸਰ ਨੇ ਗੱਲ ਕਲੀਅਰ ਕਰਤੀ ਬੜੀ ਵਧੀਆ ਕਿ ਲਾਈਕ ਤੁਸੀਂ ਲਿਮਟਿਡ ਲੋਕ ਆਓ ਇਹ ਜੀ ਮੈਂ ਵੀ ਕਹਿਣਾ ਕਿਉਂਕਿ ਏਡੀ ਸੋਹਣੀ ਲੋਕੇਸ਼ਨ ਬਣੀ ਹੋਈ ਹੈ ਕਿਸੇ ਦੀ ਤੁਸੀਂ ਪ੍ਰੇ ਫਰੇਮ ਦੇ ਵਿੱਚ ਆਈ ਜਾਓਗੇ ਫਿਰ ਬੰਦਾ ਤੰਗ ਹੁੰਦਾ ਤੇ ਇਸ ਕਰਕੇ ਇਹ ਮੈਨੂੰ ਥੋੜੀ ਗੱਲ ਵਧੀਆ ਲੱਗੀ ਹੁਣ ਮੈਨੂੰ ਇੱਕ ਗੱਲ ਦੱਸੋ ਸਰ ਕਿ 5000 ਰੁਪਏ ਤੁਸੀਂ ਜਿਹੜੀ ਗੱਲ ਕੀਤੀ ਹੈ ਉਹ ਤੁਹਾਨੂੰ ਐਡਵਾਂਸ ਇਹਨਾਂ ਨੂੰ ਦੇਣਾ ਪੈਂਦਾ ਕਿ ਜੇ ਇੱਥ ਸੈਂਟਰ ਹੋ ਗਏ ਉਹਨਾਂ ਨੂੰ ਪਸੰਦ ਆ ਆਪਾਂ ਨੂੰ ਅਡਵਾਂਸ ਪੇ ਕਰਕੇ ਫਿਰ ਆਪਾਂ ਸ਼ੂਟ ਕਰ ਸਕਦੇ ਕਰ ਸਕਦੇ ਆ ਤੇ ਬਾਈ ਜਿਵੇਂ ਹੁਣ ਗੱਲ ਕੀਤੀ ਜੀ ਆ ਵੀ ਤੁਸੀਂ ਉਹ ਪੁਰਾਣਾ ਘਰ ਬਣਾਇਆ ਮੈਨੂੰ ਬਹੁਤ ਪਸੰਦ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਸਰ ਉਹਨਾਂ ਦਾ ਵੈਸੇ ਇੰਸਟਾਗ੍ਰਾਮ ਵੀ ਹੈਗਾ ਬਾਈ ਤੁਸੀਂ ਉੱਥੇ ਇਹਨਾਂ ਨੂੰ ਫੋਲੋ ਕਰ ਲਿਓ ਡੇਲੀ ਅਪਡੇਟਸ ਲਈ ਵੀ ਨਵੇਂ ਇਹਨਾਂ ਨੇ ਇੱਥੇ ਕਿਹੜੀ ਕਿਹੜੀ ਚੀਜ਼ਾਂ ਲੈ ਆਂਦੀਆਂ ਨੇ ਕੀ ਕੀ ਚੱਲ ਰਿਹਾ ਹੈ ਕਈ ਵਾਰੀ ਕੋਈ ਆਫਰਸ ਵੀ ਚੱਲਦੀਆਂ ਹੁੰਦੀਆਂ ਉਹ ਵੀ ਤੁਸੀਂ ਉੱਥੇ ਇੰਸਟਾਗ੍ਰਾਮ ਤੇ ਸਰ ਨੂੰ ਫੋਲੋ ਕਰਕੇ ਤੁਸੀਂ ਦੇਖ ਸਕਦੇ ਆ ਫੇਸਬੁੱਕ ਤੇ ਵੀ ਇਹਨਾਂ ਦਾ ਪੇਜ ਹੈਗਾ ਖੁਸ਼ੀਆਂ ਦਾ ਵ ਪਿੱਛੇ ਦੋ ਚਾਰ ਗਾਣੇ ਵੀ ਸ਼ੂਟ ਹੋਏ ਸੀਗੇ ਹਾਂ ਜੀ ਪਰ ਤੁਸੀਂ ਇਕੱਲੇ ਦਾ ਰੈਂਟ ਵੀ ਸੇਮ ਹੈ ਕਿ ਜਸਟ ਕੋਈ ਇਕੱਲੇ ਦਾ ਵੀ ਸੇਮ ਆ ਜੀ ਪਰ ਇਹ ਵੀ ਯੂਜ਼ ਕਰ ਲੈਣ ਤੋਂ ਵੀ ਕਰ ਲੈਣ ਜੋ ਮਰਜੀ ਕਰ ਲੈਣ ਜੇ ਇਕੱਲਾ ਕਰਨਾ ਇਕੱਲਾ ਕਰ ਲੈਣ ਆਪਣਾ ਰੈਂਟ ਉਹ ਨਹੀਂ ਆ ਹਾਂ ਜੀ ਪਰ ਜੇ ਕਿਸੇ ਨੇ ਜਿਵੇਂ ਗਾਣਾ ਸ਼ੂਟ ਕਰਨਾ ਪ੍ਰੋਫੈਸ਼ਨਲੀ ਉਹ ਜਿਵੇਂ ਅਗਲੇ ਦਾ ਬਜਟ ਹੋਊਗਾ ਉਸ ਹਿਸਾਬ ਨਾਲ ਡਿਸਕਸ਼ਨ ਕਰਕੇ ਫਿਰ ਆਪਾਂ ਦਵਾਂਗੇ ਉਹਦਾ ਇਹ ਪ੍ਰਾਈਸ ਨਹੀਂ ਹੈਗਾ ਜਿਹੜਾ ਆਪਾਂ ਦੱਸਿਆ ਠੀਕ ਹੈ ਇਹ ਵੀ ਚੀਜ਼ ਬੜੀ ਵਧੀਆ ਕਲੀਅਰ ਸਰ ਨੇ ਕਰਤੀ ਹੁਣ ਜਿਹੜੀ ਇੱਕ ਗੱਲ ਤੁਹਾਡੇ ਦਿਮਾਗ 'ਚ ਹੋਰ ਹੋਊਗੀ ਵੀ ਇਹ ਲੋਕੇਸ਼ਨ ਦਾ ਐਡਰੈਸ ਕੀ ਹੈ ਸਰ ਉਹ ਵੀ ਹੁਣ ਤੁਸੀਂ ਦੱਸ ਦਿਓ ਮੇਰੇ ਭੂਮਿਕ ਮਲੇਰ ਕੋਟਲੇ ਤੋਂ 10 ਕਿਲੋਮੀਟਰ ਲੁਧਿਆਣਾ ਸਾਈਡ ਨੂੰ ਆ ਠੀਕ ਹੈ ਜੀ ਤੇ ਇਹ ਪਿੰਡ ਆ ਸੋਈਆਂ ਉਹਦੇ ਚ ਆਪਣੀ ਲੋਕੇਸ਼ਨ ਬਣੀ ਹੋਈ ਆ ਮੈਂ ਥੱਲੇ ਬਈ ਮੈਂਸ਼ਨ ਵੀ ਕੀਤਾ ਹੈ ਵੈਸੇ ਪ੍ਰੋਪਰ ਇਹਦੀ Google ਲੋਕੇਸ਼ਨ Google ਲੋਕੇਸ਼ਨ ਵੀ ਮੈਂ ਥੱਲੇ ਐਡ ਕਰਤੀ ਹੈ ਇਹਦੀ ਤੁਸੀਂ ਉੱਥੇ ਸਿੱਧਾ ਲਿੰਕ ਤੇ ਜਾ ਕੇ ਚੈੱਕ ਕਰਕੇ ਇੱਥੇ ਲਿਖਾ ਸਕਦੇ ਹੋ ਨੰਬਰਸ ਵਗੈਰਾ ਮੈਂ ਥੱਲੇ ਵੀ ਲਿਖੇ ਹੋਏ ਆ ਸਰੋਂਦੇ ਤੇ ਇਹਨਾਂ ਦਾ ਇੰਸਟਾਗ੍ਰam ਦਾ ਫੇਸਬੁੱਕ ਦਾ ਪੇਜ ਮੈਂ ਪਾਇਆ ਹੋਇਆ ਬਈ ਥੱਲੇ ਲਿੰਕ ਦੇ ਵਿੱਚ ਤੁਸੀਂ ਉਹ ਟੱਚ ਕਰਕੇ ਸਿੱਧਾ ਐਸੇ ਉਹਨਾਂ ਨੂੰ ਫੋਲੋ ਵੀ ਕਰ ਸਕਦੇ ਹੋ ਹੁਣ ਜਿਹੜੀ ਮੇਨ ਗੱਲ ਇੱਕ ਹੋਰ ਜਿਹੜੀ ਵੈਸੇ ਗੱਲਾਂ ਸਾਡੇ ਕੁਐਸਚਨ ਦਾ ਬਹੁਤ ਹੋਣਗੇ ਪਰ ਲੰਬਾ ਹੋ ਜਾਂਦੀ ਹੈ ਵੀਡੀਓਸ ਕਰਕੇ ਸ਼ਾਰਟ ਹੀ ਰੱਖਣੀ ਚਾਹਣਾ ਹੋਰ ਵੀ ਤੁਸੀਂ ਉਹ ਚੀਜ਼ਾਂ ਵੀ ਤੁਸੀਂ ਸਰ ਕੋਲੋਂ ਰੈਂਟ ਕਰ ਸਕਦੇ ਹੋ ਤੇ ਸਰ ਜਿੱਦਾਂ ਪਾਰਟੀ ਦੀ ਆਪਾਂ ਗੱਲ ਕੀਤੀ ਸੀ ਛੋਟੀ ਮੋਟੀ ਦਾ ਫੈਮਿਲੀ ਪਾਰਟੀ ਉਹਦਾ ਵੀ 5000 ਰੈਂਟ ਹੈ ਨਹੀਂ ਜੀ ਉਹਦਾ ਅਲੱਗ ਉਹਦਾ ਅਲੱਗ ਆ ਕਿੰਨੇ ਬੰਦੇ ਆ ਉਸ ਤੇ ਡਿਪੈਂਡ ਕਰੂਗਾ ਓਕੇ ਉਹ ਨੂੰ ਆਉਣ ਦਾ ਸਪੌਟ ਦੇਖਿਆ ਜਾਊਗਾ ਉਹਦਾ 5000 ਨਹੀਂ ਹੈਗਾ 5000 ਨਹੀਂ ਹੈਗਾ ਠੀਕ ਹੈ ਤੇ ਵੈਸੇ ਜਿਹੜੀ ਪ੍ਰੋਪਰਟੀ ਦੀ ਜਿਹੜੀ ਪ੍ਰੋਪਰਟੀ ਦੀ ਟਾਈਮਿੰਗ ਹੈਗੀ ਆ ਸਾਈਡ ਦੀ ਉਹ 8 ਤੋਂ 5 8 ਤੋਂ 5 ਤੇ ਸਰ ਜੀ ਕਿਤੇ ਨਾਈਟ ਪਾਰਟੀ ਵਗੈਰਾ ਕਰਨੀ ਆ ਜਾਂ ਕੁਝ ਕਰਨਾ ਹੋਊ ਕਰ ਸਕਦੇ ਹੋ ਕਰ ਸਕਦੇ ਹਾਂ ਜੀ ਉਹ ਸਭ ਨਾਲ ਆਪਾਂ ਕਿ ਰੈਂਟ ਉਹ ਸਭ ਨਾਲ ਐਡਜਸਟ ਕੀਤਾ ਜਾਊਗਾ ਜੇ ਅਗਲੇ ਨੇ ਸ਼ੂਟ ਜਿਵੇਂ ਡੇ ਨਾਈਟ ਕਰਨਾ ਉਹਦਾ ਫਿਰ ਉਹੀ ਥੋੜਾ ਰੈਂਟ ਜ਼ਿਆਦਾ ਹੋ ਜਾਊਗਾ ਉਹਦਾ 5000 ਚ ਨਹੀਂ ਨਾ ਹੋਊਗਾ 5000 ਦੇ ਸਿਰਫ ਇੱਕ ਸ਼ਿਫਟ ਲਈ ਆ ਡਬਲ ਸ਼ਿਫਟ ਦਾ ਨਹੀਂ ਫਿਰ ਉਹ ਜ਼ਿਆਦਾ ਹੋ ਜਾਊਗਾ ਠੀਕ ਹੈ ਹਾਂ ਜੀ ਤੇ ਦੋਸਤੋ ਇਹ ਸੀ ਕਿ ਜੋ ਮੈਨੂੰ ਲੱਗਿਆ ਕਿ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਪਹਿਲਾਂ ਇਹ ਸਾਈਟ ਦਾ ਉਥੋਂ ਨੂੰ ਮੈਂ ਕੁਐਸਚਨ ਜਿਹੜੇ ਕਲੀਅਰ ਕਰਤੇ ਆਲਰੇਡੀ ਫਿਰ ਵੀ ਜੇ ਕਿਸੇ ਦੇ ਕੋਈ ਕੁਐਸਚਨ ਹੋਣ ਜਾਂ ਕੋਈ ਇੱਥੇ ਆਉਣਾ ਚਾਹੁੰਦਾ ਹੋਵੇ ਕਿਸੇ ਨੂੰ ਨਾ ਪਤਾ ਲੱਗਦਾ ਹੋਵੇ ਨੰਬਰ ਚੱਲ ਰਿਹਾ ਤੁਸੀਂ ਬੇਚਿੱਜ ਕਾਲ ਕਰ ਸਕਦੇ ਹੋ ਐਨੀ ਟਾਈਮ ਨਹੀਂ ਤੇ ਵਟਸਐਪ ਤੇ ਮੈਸੇਜ ਵੀ ਕਰ ਸਕਦੇ ਹੋ ਆਪਣਾ ਵਟਸਐਪ ਵੀ ਅਵੇਲੇਬਲ ਹੈ ਹਾਂ ਜੀ ਵਟਸਐਪ ਨੰਬਰ ਵੀ ਹੈ ਤੇ ਇਸ ਕਰਕੇ ਤੁਸੀਂ ਐਡਵਾਂਸ ਇਹਨੂੰ ਬੁੱਕ ਕਰਕੇ ਇਸ ਜਗ੍ਹਾ ਤੇ ਜਰੂਰ ਆਓ ਕਿਉਂਕਿ ਬਹੁਤ ਸੋਹਣੀ ਬਾਈ ਹੁਣਾਂ ਦੇ ਜਿਹੜੀ ਮੇਨ ਗੱਲ ਹੈਗੀ ਹੈ ਬਾਈ ਹੁਣਾਂ ਨੇ ਬਾਹਰ ਲਗਿਆ ਭਾਈ ਥੈਂਕ ਯੂ ਥੈਂਕ ਯੂ ਸੋ ਮਚ ਕਿ ਤੁਸੀਂ ਇੰਨੀ ਮਿਹਨਤ ਕੀਤੀ ਤੇ ਨਾ ਕੁਝ ਬਣਾਇਆ ਤੇ ਮੇਰੇ ਥਰੂ ਤੁਹਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲਿਆ ਤੇ ਮਿਲਦੇ ਆ ਹੋਰ ਇਦਾਂ ਦੇ ਭਾਈ ਨਵੇਂ ਵਲੌਗ ਲੈ ਕੇ ਨਵੇਂ ਦਿਨ ਚ ਬਬਾਏ ਟੇਕ ਕੇਅਰ